ਬੀਤੇ ਦਿਨ ਗੁਰਦਾਸਪੁਰ ਦੇ ਪਿੰਡ ਲਕਮਾਨੀਆ ਵਿਖੇ ਕ੍ਰਿਸਚੀਅਨ ਨੈਸ਼ਨਲ ਫਰੰਟ ਦੇ ਮੀਤ ਪ੍ਰਧਾਨ ਪੀਟਰ ਮੱਸੀ ਰੰਧਾਵਾ ਦੀ ਅਗਵਾਈ ਹੇਠ ਮਾਝੇ ਦੀ ਮੱਸੀ ਅਧਿਕਾਰਿਤ ਰੈਲੀ ਸੰਬੰਧਿਤ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਪੀਟਰ ਮੱਸੀ ਰੰਧਾਵਾ ਨੇ ਨੌਜਵਾਨਾਂ ਨੂੰ ਰੈਲੀ ਸੰਬੰਧਿਤ ਜਾਗਰੂਕ ਕਰਵਾਇਆ ਅਤੇ ਸੱਦਾ ਦਿੱਤਾ। ਇਸ ਮੌਕੇ ਸਰਦੂਲ ਮਸੀਹ, ਪ੍ਰੇਮ ਮਸੀਹ, ਜੱਸਾ ਮਸੀਹ, ਸਰਵਣ ਮਸੀਹ, ਵਿਕਟਰ ਮਸੀਹ, ਅਲੀਸ਼ਾ ਮਸੀਹ ਅਤੇ ਕਈ ਹੋਰ ਵੀ ਹਾਜ਼ਰ ਸਨ। ਮੇਰਾ ਨਾਮ ਕ੍ਰਿਸਚੀਅਨ ਨੈਸ਼ਨਲ ਫਰੰਟ ਦਾ ਵਾਈਸ ਪ੍ਰਧਾਨ ਹਾਂ। ਇਹ ਪਿੰਡ ਲਖਮਾਨੀਆ ਦੇ ਵਿੱਚ ਅੱਜ ਜੋ ਮਸੀਹ ਅਧਿਕਾਰ ਰੈਲੀ ਹੋ ਰਹੀ ਆ ਕਲਾਂ ਰੋਡ ਦਾਣਾ ਮੰਡੀ, ਉਸਦੇ ਸਿਲਸਿਲੇ ਦੇ ਵਿੱਚ ਆਪਾਂ ਇਕੱਠੇ ਹੋਏ ਹਾਂ ਕਿ ਵੱਧ ਚੜ੍ਹ ਕੇ ਉੱਥੇ ਪੁੱਜਣ ਲੋਕ ਅਤੇ ਪਿੰਡ ਲਖਮਾਨੀਆ ਦੇ ਵਿੱਚ ਇਕੱਠੇ ਹੋਏ ਹਾਂ। ਭਾਅ ਜੀ ਕੀ ਨਾਮ ਜੀ ਤੁਹਾਡਾ? ਅਲੀਸ਼ਾ ਜੀ। ਹਾਂਜੀ ਭਾਅ ਜੀ ਕੀ ਕਹਿਣਾ ਚਾਹੁੰਦੇ ਇਸ ਰੈਲੀ ਬਾਰੇ? ਜੀ ਰੈਲੀ ਮਸੀਹ ਭਾਈਚਾਰੇ ਵੱਲੋਂ ਰੱਖੀ ਗਈ ਹੈ, ਬਹੁਤ ਖੁਸ਼ੀ ਦੀ ਗੱਲ ਆ ਕਿ ਜੋ ਕਲਾਂ ਰੋਡ ਦਾਣਾ ਮੰਡੀ ਵਿੱਚ ਇੱਕ ਮਸੀਹ ਭਾਈਚਾਰੇ ਵੱਲੋਂ ਰੈਲੀ ਰੱਖੀ ਗਈ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਕਿ ਬਹੁਤ ਸਾਰੀਆਂ ਮੁਸ਼ਕਲਾਂ ਜੋ ਮਸੀਹ ਭਾਈਆਂ ਨੂੰ, ਪਲਾਟਾਂ ਦੀਆਂ ਮੁਸ਼ਕਲਾਂ, ਕਬਰਸਤਾਨਾਂ ਦੇ ਵਾਸਤੇ ਮੁਸ਼ਕਲ ਹੈ, ਥਾਂ ਵਾਸਤੇ ਮੁਸ਼ਕਲ ਹੈ, ਜੋ ਕੱਚੇ ਘਰੋਟੇ ਦੀਆਂ ਗ੍ਰਾਂਟਾਂ ਵਾਸਤੇ ਮੁਸ਼ਕਲਾਂ, ਕਰਜ਼ੇ ਦੀ ਸਮੱਸਿਆ, ਜੋ ਜਿਸ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ, ਮਜ਼ਦੂਰਾਂ ਨੂੰ, ਕਿਸਾਨਾਂ ਨੂੰ ਕਰਜ਼ਾ ਮਿਲਦਾ, ਮਸੀਹ ਭਾਈਚਾਰੇ ਨੂੰ ਕਰਜ਼ਾ ਨਹੀਂ ਮਿਲਦਾ, ਇਸ ਕਰਕੇ ਬਹੁਤ ਸਾਰੀਆਂ ਸਰਕਾਰਾਂ ਆਈਆਂ ਅਤੇ ਗਈਆਂ, ਪਰ ਅੱਜ ਮਸੀਹ ਭਾਈਚਾਰੇ ਵੱਲੋਂ ਰੈਲੀ ਰੱਖੀ ਜਾ ਰਹੀ ਹੈ ਕਲਾਂ ਨੂੰ ਦਾਣਾ ਮੰਡੀ ਵਿਖੇ, ਅਤੇ ਸਾਨੂੰ ਇਹੋ ਹੀ ਸਾਰਿਆਂ ਸੂਚਿਤ ਕਰਨ ਦੀ ਲੋੜ ਹੈ ਕਿ ਸਾਰੇ ਮਸੀਹ ਭਾਈਚਾਰ ਆਪਣੇ ਭੈਣ ਭਰਾਵਾਂ ਨੂੰ, ਆਪਣੇ ਪਰਿਵਾਰਾਂ ਨੂੰ ਲੈ ਕੇ ਉੱਥੇ ਪਹੁੰਚਣ, ਤਾਂ ਕਿ ਅਸੀਂ ਇਕੱਠ ਜੋੜ ਕੇ ਰੈਲੀ ਕਰੀਏ ਅਤੇ ਸਾਰੀਆਂ ਆਉਣ ਵਾਲੀ ਸਰਕਾਰ ਨੂੰ ਜਾਗਰੂਕ ਕੀਤਾ ਜਾਏ ਕਿ ਮਸੀਹ ਭਾਈਚਾਰੇ ਦਾ ਏਕਤਾ ਹੈ, ਅਤੇ ਇਸ ਏਕਤੇ ਨੂੰ ਲੈ ਕੇ ਅਸੀਂ ਅੱਗੇ ਵਧੀਏ ਅਤੇ ਯਾਨੀ ਕਿ ਹੋਰ ਵੀ ਆਪਣੀ ਕੌਮ ਨੂੰ ਜਾਗਰੂਕ ਕਰੀਏ ਅਤੇ ਜਾਂ ਸਾਨੂੰ ਸਾਡੀਆਂ ਮੰਗਾਂ ਮਿਲਣ, ਸਾਨੂੰ ਸਾਡੇ ਅਧਿਕਾਰ ਮਿਲਣ, ਸਾਨੂੰ ਹਰ ਸਮੱਸਿਆ ਤੋਂ ਯਾਨੀ ਕਿ ਫੈਸਿਲਿਟੀ ਮਿਲੇ, ਜੋ ਵੀ ਅਸੀਂ ਮੰਗ ਰੱਖੀ ਉਹ ਮੰਗਾਂ ਪੂਰੀਆਂ ਕੀਤੀਆਂ ਜਾਣ, ਜਿਸ ਤਰ੍ਹਾਂ ਹੋਰ ਕੌਮਾਂ ਮੰਗਾਂ ਰੱਖਦੀਆਂ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਇਸ ਕਾਰਨ ਸਾਡੀ ਕੌਮ ਦੀਆਂ ਸਾਡੇ ਮਜ਼ਹਬ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਪਰ ਇਸੇ ਕਰਕੇ ਸਾਨੂੰ ਸਾਡੀ ਵੋਟ ਦਾ ਵੀ ਓਨਾ ਮੁੱਲ ਹੈ ਜਿਵੇਂ ਦੂਜਿਆਂ ਦੀ ਵੋਟਾਂ ਦਾ ਮੁੱਲ ਆ, ਅਤੇ ਅੱਜ ਸਾਨੂੰ ਜ਼ਰੂਰਤ ਹੈ ਕਿ ਅਸੀਂ ਮਸੀਹ ਭਾਈਚਾਰੇ ਨੂੰ ਅੱਗੇ ਲੈ ਕੇ ਚੱਲੀਏ ਅਤੇ ਆਪਣੀ ਵੋਟ ਦਾ ਅਧਿਕਾਰ ਲਈਏ ਅਤੇ ਆਪਣੀਆਂ ਮੰਗਾਂ ਨੂੰ ਪੂਰਾ ਕਰਾਈਏ। ਨੌਜਵਾਨ ਪੀੜ੍ਹੀ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ? ਨੌਜਵਾਨ ਪੀੜ੍ਹੀ ਖਾਸ ਕਰਕੇ ਸਾਡੇ ਲੋਕ ਘੱਟ ਪੜ੍ਹੇ ਹਨ, ਅਤੇ ਇਹੋ ਹੀ ਸੰਦੇਸ਼ ਆ ਵੀ ਇਹਨਾਂ ਨੂੰ ਕੋਈ ਛੋਟੀ ਮੋਟੀ ਜੋਬ, ਕੋਈ ਛੋਟੀ ਮੋਟੀ, ਜਿਸ ਤਰ੍ਹਾਂ ਨਰੰਗਾ ਸਕੀਮ ਵੀ ਅੱਗੇ ਚੱਲੀ ਸੀ, ਨਰੰਗਾ ਸਕੀਮ ਦੇ ਵੀ ਪੈਸੇ ਹੁਣ ਨਹੀਂ ਮਿਲਦੇ, ਜੇ ਮਜ਼ਦੂਰ ਦਿਹਾੜੀ ਲਾਉਂਦੇ ਸੀ ਤਾਂ ਉਹ ਵੀ ਪੈਸੇ ਕੱਟੇ ਜਾਂਦੇ ਨੇ, ਅਤੇ ਪਰ ਬਹੁਤ ਸਾਰੀਆਂ ਮੁਸ਼ਕਲਾਂ, ਨੌਜਵਾਨਾਂ ਵਾਸਤੇ ਵੀ ਕੋਈ ਕੰਮ ਨਹੀਂ ਹੈ, ਕੋਈ ਰੁਜ਼ਗਾਰ ਨਹੀਂ ਹੈ, ਜੇ ਕੋਈ ਸਿੱਖਦਾ ਤਾਂ ਉਹਨੂੰ ਕੰਮ ਦਿੱਤਾ ਨਹੀਂ ਜਾਂਦਾ, ਜੇ ਕੋਈ ਪੜ੍ਹਿਆ ਲਿਖਿਆ ਤਾਂ ਉਹਨੂੰ ਨੌਕਰੀ ਨਹੀਂ ਦਿੱਤੀ ਜਾਂਦੀ, ਅਤੇ ਇਸੇ ਕਰਕੇ ਮਸੀਹ ਸੰਬੰਧ ਵਿੱਚ ਰੈਲੀ ਰੱਖੀ ਗਈ ਆ ਤਾਂ ਜੋ ਸਾਡੇ ਕੌਮਾਂ ਨੂੰ, ਸਾਡੀ ਕੌਮ ਨੂੰ, ਸਾਡੇ ਨੌਜਵਾਨ ਵੀਰਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲੇ, ਅਤੇ ਜੇ ਕੋਈ ਪੜ੍ਹਿਆ ਲਿਖਿਆ ਤਾਂ ਉਹਨੂੰ ਜ਼ਰੂਰ ਨੌਕਰੀ ਮਿਲੇ।